ਸ੍ਰਿਸ਼ਟੀ ਸ਼ੁਰੂ ਚ ਪਰਮੇਸ਼ਰੈ ਇਸ ਤਰੀਕੇ ਨੇ ਸਾਰੀਆਂ ਚੀਜ਼ਾਂ ਜੋ ਬਣਾਇਆ। ਉਨੀ 6 ਦਿਨਾਂ ਚ ਸੰਸਾਰੇ ਦੀ ਕੰਨੇ ਜਿਹੜਾ ਕੁਛ ਉਹਦੇ ਚ ਹੈ ਉਹਨਾਂ ਸਾਰੀਆਂ ਚੀਜ਼ਾਂ ਜੋ ਬਣਾਇਆ। ਪਰਮੇਸ਼ਰੈ ਜਾਲੂ ਪ੍ਰਿਥਵੀ ਦੀ ਰਚਨਾ ਕੀਤੀ ਉਹਦੇ ਬਾਅਦ ਪ੍ਰਿਥਵੀ ਖਾਲੀ ਥੀ ਕੰਨੇ ਉਥੂ ਨੇਰਾ ਥਾ ਕਜੋ ਕਿ ਹਲੇ ਦੇਕਰ ਪਰਮੇਸ਼ਰੈ ਉਥੂ ਕਿਸੇ ਵੀ ਚੀਜ਼ਾਂ ਜੋ ਨਹੀਂ ਬਣਾਇਆ ਥਾ। ਪਰ ਪਰਮੇਸ਼ਰੈ ਦੀ ਆਤਮਾ ਪਾਣੀਏ ਉੱਪਰ ਮੰਡਰਾਂਦੀ ਥੀ। ਫਿਰੀ ਪਰਮੇਸ਼ਰੈ ਬੋਲਿਆ ਲੋ ਹੋ ਕੰਨੇ ਲੋ ਹੋਈ ਗਈ। ਪਰਮੇਸ਼ਰੈ ਦੇਖਿਆ ਕਿ ਲੋ ਸ਼ੈਲ ਹੈ ਕੰਨੇ ਉਸਿਓ ਪਰਮੇਸ਼ਰੈ ਦਿਨ ਬੋਲਿਆ ਕੰਨੇ ਉਨੀ ਉਸਿਓ ਨੇਰੇ ਲਾ ਲੱਗ ਕੀਤਾ। ਜਿਸਿਓ ਪਰਮੇਸ਼ਰੈ ਰਾਤ ਬੋਲਿਆ ਪਰਮੇਸ਼ਰੈ ਸ੍ਰਿਸ਼ਟੀ ਕਰਨੇ ਦੇ ਪਹਿਲੇ ਦਿਨੇ ਚ ਲੋਈ ਜੋ ਬਣਾਇਆ। ਸ੍ਰਿਸ਼ਟੀ ਕਰਨੇ ਦੇ ਦੂਏ ਦਿਨੇ ਚ ਪਰਮੇਸ਼ਰੈ ਬੋਲਿਆ ਪਾਣੀਏ ਦੇ ਉੱਪਰ ਇੱਕ ਖਾਲੀ ਜਗ੍ਹਾ ਹੋਈ ਜਾਏ ਕੰਨੇ ਇੱਕ ਖਾਲੀ ਜਗ੍ਹਾ ਹੋਈ ਗਈ। ਪਰਮੇਸ਼ਰੈ ਉਸਾ ਜਗ੍ਹਾ ਜੋ ਅੰਬਰ ਬੋਲਿਆ। ਤੀਜੇ ਦਿਨੇ ਚ ਪਰਮੇਸ਼ਰੈ ਬੋਲਿਆ ਪਾਣੀ ਇੱਕੀ ਜਗ੍ਹਾ ਪਰ ਕਿੱਠਾ ਹੋਈ ਜਾਏ ਕੰਨੇ ਸੁੱਕੀ ਜ਼ਮੀਨਾਂ ਅਲੱਗ ਹੋਈ ਜਾਏ। ਪਰਮੇਸ਼ਰੈ ਸੁੱਕੀਆਂ ਜ਼ਮੀਨਾਂ ਜੋ ਪ੍ਰਿਥਵੀ ਬੋਲਿਆ ਕੰਨੇ ਪਾਣੀਏ ਜੋ ਸਮੁੰਦਰ ਬੋਲਿਆ। ਪਰਮੇਸ਼ਰੈ ਦੇਖਿਆ ਕਿ ਜਿਹੜਾ ਕੁਛ ਉਨੀ ਬਣਾਇਆ ਥਾ ਸਹਿ ਛੈਲ ਥਾ। ਫਿਰ ਪਰਮੇਸ਼ਰੈ ਬੋਲਿਆ ਧਰਤੀਆ ਪਰ ਹਰ ਤਰ੍ਹਾਂ ਦੇ ਰੁੱਖ ਕੰਨੇ ਬੂਟੇ ਉਗਨ ਕੰਨੇ ਇਯਾਂ ਹੀ ਹੋਇਆ। ਪਰਮੇਸ਼ਰੈ ਦੇਖਿਆ ਕਿ ਜਿਹੜਾ ਉਨੀ ਬਣਾਇਆ ਥਾ ਸਹਿ ਛੈਲ ਥਾ। ਸ੍ਰਿਸ਼ਟੀ ਕਰਨੇ ਦੇ ਚੌਥੇ ਦਿਨੇ ਚ ਪਰਮੇਸ਼ਰੈ ਬੋਲਿਆ ਅੰਬਰੇ ਚ ਜੋਤੀਆਂ ਹੋਣ ਕੰਨੇ ਸੂਰਜ ਚੰਦਰਮਾ ਕੰਨੇ ਤਾਰੇ ਬਣੀ ਗਏ। ਪਰਮੇਸ਼ਰੈ ਉਹਨਾਂ ਜੋ ਧਰਤੀਆ ਪਰ ਲੋ ਦੇਣੇ ਤਾਈ ਕੰਨੇ ਦਿਨ ਕੰਨੇ ਰਾਤ ਮੌਸਮ ਕੰਨੇ ਸਾਲਾਂ ਚ ਭੇਦ ਕਰਨੇ ਤਾਈ ਬਣਾਇਆ। ਮੌਸਮ ਕੰਨੇ ਸਾਲਾਂ ਚ ਭੇਦ ਕਰਨੇ ਤਾਈ ਬਣਾਇਆ। ਪੰਜਵੇਂ ਦਿਨੇ ਪਰਮੇਸ਼ਰੈ ਬੋਲਿਆ ਜਿੰਦੇ ਜੀਵ ਜੰਤੂਆਂ ਨੇ ਪਾਣੀ ਬਰੋਈ ਜਾਏ ਕੰਨੇ ਅੰਬਰੇ ਚ ਪੰਛੀ ਉਡਨ। ਇਯਾਂ ਪਰਮੇਸ਼ਰੈ ਪਾਣੀਏ ਚ ਰਹਿਣੇ ਵਾਲੇ ਸਾਰੇ ਜੀਵ ਜੰਤੂਆਂ ਜੋ ਕੰਨੇ ਪੰਛੀਆਂ ਜੋ ਬਣਾਇਆ। ਪਰਮੇਸ਼ਰੈ ਦੇਖਿਆ ਕਿ ਇਹ ਛੈਲ ਥਾ ਕੰਨੇ ਉਹਨਾਂ ਜੋ ਆਸ਼ੀਸ਼ ਦਿੱਤੀ। ਸ੍ਰਿਸ਼ਟੀ ਦੇ ਛੇਵੇਂ ਦਿਨੇ ਚ ਪਰਮੇਸ਼ਰੈ ਬੋਲਿਆ ਜ਼ਮੀਨਾਂ ਪਰ ਰਹਿਣੇ ਵਾਲੇ ਸਾਰੇ ਜਾਨਵਰ ਪੈਦਾ ਹੋਣ ਕੰਨੇ ਇਯਾਂ ਹੀ ਹੋਈ ਗਿਆ। ਕੁਛ ਜਾਨਵਰ ਪਾਲਤੂ ਥੇ ਕੁਛ ਜ਼ਮੀਨਾਂ ਪਰ ਰੈਂਗਣੇ ਵਾਲੇ ਕੰਨੇ ਕੁਛ ਜੰਗਲੀ ਜਾਨਵਰ ਥੇ ਕੰਨੇ ਪਰਮੇਸ਼ਰੈ ਦੇਖਿਆ ਕਿ ਇਹ ਛੈਲ ਥਾ। ਫਿਰ ਪਰਮੇਸ਼ਰੈ ਬੋਲਿਆ ਆਓ ਅਸਾਂ ਮਾਣੂਆਂ ਜੋ ਆਪਣੇ ਸਵਰੂਪ ਚ ਕੰਨੇ ਆਪਣੇ ਸਾਈ ਬਣਾਉਣ ਉਹਨਾਂ ਪ੍ਰਿਥਵੀ ਪਰ ਕੰਨੇ ਸਾਰੇ ਜਾਨਵਰਾਂ ਪਰ ਅਧਿਕਾਰ ਰੱਖਣਾ। ਪਰਮੇਸ਼ਰੈ ਮਿੱਟੀ ਲਈ ਕਰੀ ਉਸਲਾ ਮਾਣੂ ਬਣਾਇਆ ਕੰਨੇ ਉਹਦੇ ਚ ਜ਼ਿੰਦਗੀਆਂ ਦਾ ਸਾਹ ਫੂਕੀ ਦਿੱਤਾ। ਇਸ ਮਾਣੂਏ ਦਾ ਨਾਂ ਆਦਮ ਥਾ। ਪਰਮੇਸ਼ਰੈ ਇੱਕ ਬੜੇ ਬਗੀਚੇ ਜੋ ਬਣਾਇਆ ਕੰਨੇ ਉਹਦੀ ਦੇਖਭਾਲ ਕਰਨੇ ਤਾਈ ਆਦਮ ਜੋ ਉਥੂ ਰੱਖੀ ਦਿੱਤਾ। ਉਸ ਬਗੀਚੇ ਦੇ ਵਿੱਚ ਪਰਮੇਸ਼ਰੈ ਦੋ ਖਾਸ ਰੁੱਖ ਲਾਏ ਇੱਕ ਜ਼ਿੰਦਗੀਆਂ ਦਾ ਰੁੱਖ ਕੰਨੇ ਦੂਜਾ ਭਲੇ ਕੰਨੇ ਬੁਰੇ ਦੇ ਗਿਆਨ ਦਾ ਰੁੱਖ। ਪਰਮੇਸ਼ਰੈ ਆਦਮ ਜੋ ਬੋਲਿਆ ਕਿ ਸਹਿ
ਉਸ ਬਗੀਚੇ ਦੇ ਭਲੇ ਕੰਨੇ ਬੁਰੇ ਦੇ ਗਿਆਨ ਦੇ ਰੁੱਖੇ ਜੋ ਛੱਡੀ ਕਰੀ ਔਰ ਕੁਸੀ ਵੀ ਰੁੱਖੇ ਦੇ ਫਲੇ ਜੋ ਖਾਈ ਸਕਦਾ ਹੈ। ਅਗਰ ਉਨੀ ਉਸ ਰੁੱਖੇ ਦਾ ਫਲ ਖਾਧਾ ਤਾਂ ਉਨੀ ਮਰੀ ਜਾਣਾ। ਫਿਰੀ ਪਰਮੇਸ਼ਰੇ ਬੋਲਿਆ, ਮਾਣੂਏ ਦਾ ਕਿੱਲਾ ਰਹਿਣਾ ਖਰਾ ਨਹੀਂ ਹੈ, ਪਰ ਕੋਈ ਵੀ ਜਾਨਵਰ ਆਦਮੇ ਦਾ ਜੋੜੀਦਾਰ ਨਹੀਂ ਬਣੀ ਸਕਦਾ। ਇਸ ਤਾਈ ਪਰਮੇਸ਼ਰੇ ਆਦਮ ਜੋ ਗਹਿਰੀ ਨਿੰਦਰਾ ਚ ਸੁਆਈ ਦਿੱਤਾ। ਫਿਰੀ ਪਰਮੇਸ਼ਰੇ ਆਦਮ ਦੀ ਇੱਕ ਪਸਲੀ ਲਈ ਕਰੀ ਉਸਨੇ ਇੱਕ ਜਨਾਨੀ ਬਣਾਈ, ਕੰਨੇ ਉਸਾ ਜੋ ਆਦਮ ਵੱਲ ਲਈ ਕਰੀ ਆਇਆ। ਜਲ ਆਦਮੇ ਉਸਾ ਜੋ ਦਿਖਿਆ ਤਾਂ ਉਨੀ ਬੋਲਿਆ, ਕੰਮ ਸੇ ਕੰਮ ਇਹ ਤਾਂ ਮੇਰੇ ਸਾਈ ਹੈ। ਇਸਾ ਜੋ ਜਨਾਨੀ ਬੋਲਣਾ ਕਜੋ ਕਿ ਇਹ ਮਰਦੇ ਲਾ ਬਣੀ ਹੋਇ, ਇਸਾ ਵਜ੍ਹਾ ਲਾ ਮਰਦ ਆਪਣੇ ਮਾਤਾ ਪਿਤਾ ਜੋ ਛੱਡੀ ਦਿੰਦਾ ਹੈ, ਕੰਨੇ ਆਪਣੀਆਂ ਘਰੇ ਬਾਲੀਆ ਸੋਗੀ ਇੱਕ ਹੋਈ ਜਾਂਦਾ ਹੈ। ਪਰਮੇਸ਼ੁਰੇ ਮਰਦੇ ਕੰਨੇ ਜਨਾਨੀਆਂ ਜੋ ਆਪਣੇ ਸਵਰੂਪ ਚ ਬਣਾਇਆ। ਉਨੀ ਉਹਨਾਂ ਜੋ ਆਸ਼ੀਸ਼ ਦਿੱਤੀ, ਕੰਨੇ ਉਨੀ ਬੋਲਿਆ, ਮਤੀਆਂ ਸਾਰੀਆਂ ਔਲਾਦੀ ਕੰਨੇ ਪੋਤੇ ਪਰ ਪੋਤੇ ਪੈਦਾ ਕਰਾ, ਕੰਨੇ ਧਰਤੀਆ ਜੋ ਭਰੀ ਦਿਆ। ਕੰਨੇ ਪਰਮੇਸ਼ੁਰੇ ਦੇਖਿਆ ਕਿ ਜੜਾ ਕੁਛ ਵੀ ਉਨੀ ਬਣਾਇਆ ਥਾ ਸੈ ਬੜਾ ਸ਼ੈਲ ਥਾ, ਕੰਨੇ ਸੈ ਉਹਨਾਂ ਸਾਰਿਆਂ ਲਾ ਬੜਾ ਖੁਸ਼ ਥਾ। ਇਹ ਸਾਰਾ ਕੁਛ ਸ੍ਰਿਸ਼ਟੀ ਕਰਨੇ ਦੇ ਛੇਵੇਂ ਦਿਨ ਹੋਇਆ ਥਾ। ਜਲ ਸੱਤਵਾਂ ਦਿਨ ਆਇਆ ਤਾਂ ਜਿਹੜਾ ਕੁਛ ਪਰਮੇਸ਼ੁਰ ਕਰਾਦਾ ਥਾ ਉਨੀ ਉਸ ਸਾਰੇ ਕੰਮੇ ਜੋ ਮੁਕਾਇਆ। ਉਨੀ ਸੱਤਵੇਂ ਦਿਨੇ ਜੋ ਆਸ਼ੀਸ਼ ਦਿੱਤੀ, ਕੰਨੇ ਉਸ ਯੋਗ ਪਵਿੱਤਰ ਬੋਲਿਆ, ਕਜੋ ਕਿ ਉਸ ਦਿਨ ਉਨੀ ਸਾਰੀਆਂ ਚੀਜ਼ਾਂ ਦੀ ਸ੍ਰਿਸ਼ਟੀ ਕਰਨ ਦੇ ਕੰਮੇ ਜੋ ਮੁਕਾਇਆ ਥਾ। ਇਆਂ ਪਰਮੇਸ਼ੁਰੇ ਸੰਸਾਰ ਦੀ ਕੰਨੇ ਜਿਹੜਾ ਕੁਛ ਉਹਦੇ ਚ ਹੈ ਉਹਨਾਂ ਸਾਰਿਆਂ ਦੀ ਸ੍ਰਿਸ਼ਟੀ ਕੀਤੀ। ਉਤਪਤੀ ਅਧਿਆਏ 1-2 ਬਾਈਬਲ ਦੀ ਇੱਕ ਕਹਾਣੀ।